ਜੀ ਅਸਲਾਮ ਅਲੈਕੁਮ ਜੀ, ਗੱਲ ਕਰ ਰਿਹਾ ਸੀ ਖਾਲਸਾ ਰਾਜ ਫੁੱਟ ਸਟੈਪਸ ਦੀ। ਖਾਲਸਾ ਰਾਜ ਫੁੱਟ ਸਟੈਪਸ ਜਾਂ ਲਾਹੌਰ ਦਰਬਾਰ ਦੇ ਮੁਤਲਕ 1899 ਤੋਂ ਲੈ ਕੇ ਔਰ 1848 ਤੱਕ 50 ਸਾਲ ਤੱਕ ਰਹਿਣ ਵਾਲਾ ਪੰਜਾਬੀ ਸਰਕਾਰ ਦਾ ਰਾਜ ਜਿਹੜਾ ਸੀ ਉਹਦੇ ਦਰਮਿਆਨ ਕੁਛ ਰਮਾਇਣਸ ਜਿਹੜੀਆਂ ਨੇ ਉਹ ਤੁਹਾਨੂੰ ਬਹੁਨ ਚਕਵਾਲ ਦੇ ਵਿੱਚ ਮਿਲਦੀਆਂ ਨੇ। ਵੈਸੇ ਤਾਂ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਬਹੁਨ ਦੇ ਅੰਦਰ ਤੁਹਾਨੂੰ ਮਿਕਸ ਕਲਚਰ ਮਿਲਦਾ, ਤਿੰਨੋਂ ਕਮਿਊਨਿਟੀ ਦਾ ਬਰਾਬਰ ਦਾ ਹਿੱਸਾ ਸੀ ਇੱਥੇ। ਲੇਕਿਨ ਰਿਚੈਸਟ ਕਮਿਊਨਿਟੀ ਜਿਹੜੀ ਅਗਰ ਸੱਚ ਬੋਲਿਆ ਜਾਏ ਤਾਂ ਇੱਥੇ ਦੀ ਜਿਹੜੀ ਸੀ ਹਿੰਦੂ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਸੀ। ਪਹਿਲੇ ਨੰਬਰ 'ਤੇ ਹਿੰਦੂ ਕਮਿਊਨਿਟੀ, ਦੂਸਰੇ ਨੰਬਰ 'ਤੇ ਸਿੱਖ ਕਮਿਊਨਿਟੀ ਔਰ ਤੀਸਰੇ ਨੰਬਰ 'ਤੇ ਮੁਸਲਿਮ ਸਨ ਇੱਥੇ। ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਲਿਖੇ ਹੋਏ ਨਾਮ, ਉਹਨਾਂ ਦੀਆਂ ਘਰਾਂ ਦੇ ਉੱਤੇ ਲਿਖੇ ਹੋਏ ਨਾਮ, ਮੈਂ ਤੁਹਾਨੂੰ ਇਸ ਲਈ ਜਿਹੜੇ ਪ੍ਰਾਇਮਰੀ ਸੋਰਸ ਹੁੰਦੇ ਨੇ ਹਿਸਟਰੀ ਦੇ, ਮੈਂ ਤੁਹਾਨੂੰ ਉਹ ਦੱਸਣਾ ਵਾਂ ਪਹਿਲੇ ਕਿ ਵੀ ਉਹ ਚੀਜ਼ ਦੱਸੀ ਜਾਵੇ ਜਿਹਦੇ ਨਾਲ ਪਹਿਲੇ ਕਲੂ ਮਿਲਦਾ ਹੋਵੇ ਕਿ ਯਾਰ ਇਹ ਚੀਜ਼ ਫਲਾਣੀ ਚੀਜ਼ ਜਿਹੜੀ ਸੀ ਧੱਕੇ ਨਾਲ ਕਿਸੇ ਦੇ ਨਾਲ ਨਹੀਂ ਰਲਾਈ ਜਾ ਸਕਦੀ। ਹਿਸਟਰੀ ਰਿਪੀਟ ਹਿਮਸੈਲਫ, ਇਹ ਤਾਂ ਵਰਡ ਕਦੀ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਜਿਹੜੀ ਚੀਜ਼ ਜਿਸ ਨਾਲ ਜੁੜੀ ਹੋਏ ਉਹਨੂੰ ਉਹਦੇ ਨਾਮ ਤੋਂ ਹੀ ਬੁਲਾਉਣਾ ਚਾਹੀਦਾ। ਇਹ ਅੱਗੇ ਰਿਮੇਨਸ ਨੇ ਜਿਹੜੇ ਨੇ ਇੱਕ ਖਾਲਸਾ ਛੋਟੇ ਕਿਲੇ ਦੇ ਨੇ ਜਾਂ ਦਫਾਈ ਚੌਕੀ ਕਹਿ ਲਓ ਤੁਸੀਂ, ਜਿਹੜੀਆਂ ਹੁੰਦੀਆਂ ਸਨ ਉਸ ਵੇਲੇ ਦੀਆਂ। ਇਹ ਉਹਦੇ ਮੁਤਲਕ ਕਿਆ ਹੋ ਕੇ ਤੁਹਾਨੂੰ ਦਿਖਾਉਂਦਾ ਵਾਂ। ਇਹ ਅਰਲੀ ਡੇਜ਼ ਦੇ ਵਿੱਚ ਜਿਸ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕੰਕਰ ਕੀਤਾ ਲਾਹੌਰ ਨੂੰ ਜਾ ਕੇ, ਉਸ ਵੇਲੇ ਜਿਹੜੀ ਇੱਟ ਯੂਜ਼ ਹੁੰਦੀ ਸੀ ਉਹਨੂੰ ਕਿਹਾ ਜਾਂਦਾ ਸੀ ਨਾਨਕ ਆਪਣਾ ਮੁਗਲਈ ਇੱਟ। ਅਤੇ ਮੁਗਲਈ ਇੱਟ ਦੇ ਜਿਹੜੇ ਆਸਾਰ ਨੇ ਉਹਦੇ 'ਚ ਨਜ਼ਰ ਆਉਂਦੇ ਨੇ। ਫੌਜਦਾਰ ਜਿਹੜੀ ਦੀਵਾਰ ਹੈ ਇਹ ਮੁਗਲ ਪੀਰੀਅਡ ਤੋਂ ਇੰਸਪਾਇਰ ਜਾਂ ਮੁਗਲ ਆਰਕੀਟੈਕਚਰ ਤੋਂ ਇੰਸਪਾਇਰਡ ਹੈ, ਕਿਉਂਕਿ 750 ਸਾਲ ਤੱਕ ਇੱਕ ਆਰਕੀਟੈਕਚਰ ਜਿਹੜਾ ਸੀ ਉਹ ਵਾਰ ਵਾਰ ਰਿਪੀਟ ਹੋ ਰਿਹਾ ਸੀ। ਅਤੇ ਟਿਲ ਸਟਾਰਟ ਹੋਣ ਤੱਕ ਖਾਲਸਾ ਰਾਜ ਤੱਕ ਜਿਹੜਾ ਸੀ ਇੱਟ ਜਿਹੜੀ ਸੀ ਮੁਗਲਈ ਯੂਜ਼ ਹੁੰਦੀ ਸੀ। ਇਸ ਦੌਰ ਤੋਂ ਖਤਮ ਹੋਣ ਤੋਂ ਬਾਅਦ ਜਦੋਂ ਕਿ ਸਰਕਾਰੇ ਖਾਲਸਾ ਸ਼ੁਰੂ ਹੁੰਦੀ ਹੈ ਜਾਂ ਪੰਜਾਬੀ ਸਰਕਾਰ ਆਉਂਦੀ ਹੈ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਉਂਦਾ, ਤਾਂ ਉਸ ਵੇਲੇ ਸ਼ੁਰੂ ਹੁੰਦੀ ਹੈ ਨਾਨਕ ਸ਼ਾਹੀ ਇੱਟ ਜਿਹੜੀ ਹੈ। ਠੀਕ ਹੈ ਜੀ, ਉਹ ਉਸ ਤੋਂ ਪਹਿਲੇ ਜਿਹੜਾ ਹੈ ਤੁਸੀਂ ਦੇਖੋ ਕਿ ਤੁਹਾਨੂੰ ਇਹ ਥੋੜ੍ਹਾ ਜਿੰਨਾ ਨਜ਼ਰ ਆਏਗਾ, ਇਹ ਕਿਲਾ ਇੱਕ ਜਿਸ ਤਰ੍ਹਾਂ ਕਿਲਾ ਦੀਦਾਰ ਸਿੰਘ, ਕਿਲਾ ਸੋਭਾ ਸਿੰਘ, ਕਿਲਾ ਮੀਆਂ ਸਿੰਘ, ਇਹ ਸਾਰੇ ਕਿਲੇ ਨਹੀਂ ਸਨ, ਲੇਕਿਨ ਇਹ ਸੀ ਕਿ ਪ੍ਰੋਪਰਟੀ ਜਿਹੜੀ ਸੀ ਉਹਨਾਂ ਦੇ ਨਾਮ ਦੇ ਉੱਤੇ ਬੋਲੀ ਜਾਂਦੀ ਸੀ। ਅਤੇ ਬਹੁਨ ਦੇ ਵਿੱਚ ਇਹ ਏਰੀਆ, ਇਹ ਕੰਧ ਦੇ ਨਾਲ ਨਾਲ ਵਾਲਾ ਏਰੀਆ ਜਿਹੜਾ ਇਸ ਤਰ੍ਹਾਂ ਅੱਗੇ ਤੱਕ ਜਾਂਦਾ ਸੀ, ਇਹ ਏਰੀਆ ਸਰਕਾਰੇ ਖਾਲਸਾ ਦੇ ਨਾਮ 'ਤੇ ਟੈਕਸਟੇਸ਼ਨ ਵਾਸਤੇ ਇਹ ਜਗ੍ਹਾ ਯੂਜ਼ ਹੁੰਦੀ ਸੀ। ਉਸ ਤੋਂ ਪਹਿਲੇ ਜਥੇਦਾਰ ਸਨ, ਫਿਰ ਬਾਅਦ ਦੇ ਵਿੱਚ ਜਿਹੜੇ ਨੇ ਸਰਕਾਰੇ ਖਾਲਸਾ ਦੇ ਮੁਲਾਜ਼ਮ ਜਿਹੜੇ ਸੀ ਇੱਥੋਂ ਟੈਕਸਟੇਸ਼ਨ ਇਕੱਠੀ ਕਰਦੇ ਸੀ। ਇਹ ਤੁਸੀਂ ਦੇਖੋ ਇਸ ਦੀਵਾਰ ਦੇ ਆਖਰੀ ਉਹ ਕਿਲੇ ਦੀ ਜਿਹੜੀ ਰਿਮੇਨਸ ਨੇ ਉਹ ਤੁਸੀਂ ਇਹ ਦੇਖ ਸਕਦੇ ਹੋ। ਇਹ ਜਗ੍ਹਾ ਦੇਖੋ ਤੁਸੀਂ, ਇਹ ਹੈ ਉਹ ਆਖਰੀ ਦੀਵਾਰ ਜਿਹੜੀ ਹੈ, ਕਿਉਂਕਿ ਵਕਤ ਗੁਜ਼ਰਦਾ ਜਾ ਰਿਹਾ, ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ ਔਰ ਲੋਕਾਂ ਦੇ ਵਿੱਚ ਜਿੱਦਤ ਆਉਂਦੀ ਜਾ ਰਹੀ ਹੈ, ਲੋਕ ਘਰ ਬਣਾਉਂਦੇ ਜਾ ਰਹੇ ਨੇ। ਤੁਸੀਂ ਦੇਖੋ ਕਿ ਇਹ ਇੱਥੋਂ, ਇਹ ਦੇਖੋ ਨਾਲ ਹੀ ਜਿਸ ਤਰ੍ਹਾਂ ਹੀ ਸਰਕਾਰੇ ਖਾਲਸਾ ਦਾ ਦੌਰ ਖਤਮ ਹੁੰਦਾ ਅਤੇ ਨਾਲ ਬ੍ਰਿਟਿਸ਼ ਆਉਂਦਾ, ਅਤੇ ਬ੍ਰਿਟਿਸ਼ ਇੱਟ ਦੀ ਜਿਹੜੀ ਹੈ ਚੁਣਾਈ ਵੀ ਤੁਹਾਨੂੰ ਨਾਲ ਹੀ ਨਜ਼ਰ ਆ ਰਹੀ ਹੈ। ਇਹ ਨਾਲ ਦੇਖੋ ਤੁਸੀਂ ਆਰਕੀਟੈਕਚਰ ਬਿਲਕੁਲ ਅੱਗੇ ਜਾ ਕੇ ਬਦਲ ਜਾਂਦਾ। ਇਸੇ ਤਰ੍ਹਾਂ ਹੀ ਤਕਰੀਬਨ ਇਹ ਮਰਲੇ ਡੇਢ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਤੁਹਾਨੂੰ ਅੱਗੇ ਦੁਕਾਨਾਂ ਜਿਹੜੀਆਂ ਉਹਨਾਂ ਦੀ ਸ਼ੇਪ ਬਿਲਕੁਲ ਟੋਟਲੀ ਚੇਂਜ ਹੁੰਦੀ ਜਿਹੜੀ ਆ ਨਜ਼ਰ ਆਉਂਦੀ ਹੈ। ਇਹ ਦੇਖੋ ਤੁਸੀਂ ਇੱਕ ਮੀਨਾਰ ਜਾਂ ਗੁੰਬਦ ਜਿਹੜਾ ਬਣਦਾ ਹੁੰਦਾ ਸੀ ਅਤੇ ਉਹਦੇ ਜਿਹੜੀ ਬੁਰਜੀ ਸੀ, ਇਹ ਉਹਦੇ ਅੱਜ ਵੀ ਨਿਸ਼ਾਨ ਜਿਹੜੇ ਨੇ ਸਾਹਮਣੇ ਜਿਹੜੇ ਨੇ ਉਹ ਤੁਹਾਨੂੰ ਉੱਤੇ ਨਜ਼ਰ ਆ ਰਹੇ ਨੇ। ਠੀਕ ਹੈ ਜੀ, ਇਹ ਉਹ ਚੀਜ਼ਾਂ ਸਨ ਜਿਹੜੀਆਂ ਕਿ ਜੁੜੀਆਂ ਹੋਈਆਂ ਸੀ। ਇਹ ਦੇਖੋ ਕਿਲੇ ਦੀ ਦੀਵਾਰ ਦੇ ਪੂਰੇ ਨਿਸ਼ਾਨ ਬਾਕੀ ਨੇ। ਇਹ ਨਹੀਂ ਹੈ ਕਿ ਮੈਂ ਸੈਲਫ ਕੋਈ ਕਹਾਣੀ ਸੁਣਾ ਰਿਹਾ ਜਾਂ ਤੁਹਾਨੂੰ ਮੈਂ ਕੋਈ ਐਸੀ ਸਟੋਰੀ ਸੁਣਾ ਰਿਹਾ ਵਾਂ ਖੁਸ਼ ਕਰਨ ਲਈ ਕਿ ਸਰ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ ਦੇ ਵਿੱਚ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਾਡੇ ਨਾਲ ਨੇ ਮਿਰਜ਼ਾ ਬੇਗ ਸਾਹਿਬ ਔਰ ਇਮਰਾਨ ਵਿਲੀਅਮ ਨੇ, ਸਾਡੇ ਜੂਨੀਅਰ ਹਿਸਟੋਰੀਅਨ ਨੇ, ਹਲੇ ਕੰਮ ਸਿੱਖ ਰਹੇ ਨੇ। ਅਤੇ ਮਿਰਜ਼ਾ ਸਾਹਿਬ ਤਾਂ ਸਰ ਸਾਡੇ ਪੱਕੀ ਹੋਈ ਭੱਠੀ ਦੇ ਵਿੱਚ ਕਹਿ ਲਓ ਕਿ ਜਿਹੜੇ ਹੁੰਦੇ ਨੇ। ਮਿਰਜ਼ਾ ਸਾਹਿਬ ਕੀ ਕਹੋਗੇ ਤੁਸੀਂ ਇੱਧਰ ਆ ਜਾਓ ਜ਼ਰਾ ਜੀ। ਬਿਲਕੁਲ, ਆਮ ਤੌਰ 'ਤੇ ਬਲਕਿ ਨਾਲ ਦੇ ਦੋਸਤ ਵੀ ਨੂੰ ਪੁੱਛ ਰਹੇ ਸਨ ਕੀ ਹੈ, ਤਾਂ ਉਹੀ ਮੈਂ ਦੱਸ ਰਿਹਾ ਸਾਂ ਕਿ ਹਰ ਇੱਕ ਇਲਾਕੇ ਦੇ ਵਿੱਚ, ਇਹ ਬੜਾ ਸ਼ਹਿਰ ਸੀ ਚੁੱਕੇ ਉਸ ਜ਼ਮਾਨੇ ਵਿੱਚ, ਤਾਂ ਹਰ ਇੱਕ ਇਲਾਕੇ ਦੇ ਵਿੱਚ ਜਿਹੜਾ ਇਲਾਕੇ 'ਚੋਂ ਟੈਕਸ ਦੀ ਸ਼ਕਲ ਵਿੱਚ ਅਨਾਜ ਜਾਂ ਨਗਦ ਇਕੱਠਾ ਕੀਤਾ ਜਾਂਦਾ ਸੀ, ਤਾਂ ਇੱਕ ਐਸੀ ਜਗ੍ਹਾ ਬਣਾਈ ਜਾਂਦੀ ਸੀ ਜਿੱਥੇ ਉਹ ਸਾਰਾ ਰੱਖਿਆ ਜਾਂਦਾ ਸੀ। ਔਰ ਉਸਦੇ ਦੋ ਫਾਇਦੇ ਸਨ, ਇੱਕ ਤਾਂ ਜਦੋਂ ਫੌਜਾਂ ਅੱਗੇ ਪਿੱਛੇ ਮੂਵ ਕਰਦੀਆਂ ਸਨ ਉਹਨਾਂ ਨੂੰ ਹੀ ਉਸੇ ਇਲਾਕੇ 'ਚੋਂ, ਜਿਸ ਇਲਾਕੇ 'ਚੋਂ ਗੁਜ਼ਰਦੀਆਂ ਸਨ ਉਸੇ ਇਲਾਕੇ 'ਚੋਂ ਅਜਨਾਸ ਵਗੈਰਾ ਜਿਹੜਾ ਫੌਜ ਦੀ ਜ਼ਰੂਰੀਅਤ ਵਾਸਤੇ। ਦੂਸਰਾ ਜਿਹੜਾ ਟੈਕਸ ਪੈਸੇ ਦੀ ਸ਼ਕਲ 'ਚ, ਕਿਉਂਕਿ ਬਾਜ਼ਾਰ ਸੀ ਬਹੁਤ ਬੜਾ ਔਰ ਤਾਜਰ ਲੋਕ ਸਨ, ਉਹ ਵੀ ਇਕੱਠਾ ਇਸ ਜਗ੍ਹਾ ਕਿਲ੍ਹਾ ਨੁਮਾ ਜਗ੍ਹਾ ਬਣਾਈ ਜਾਂਦੀ ਸੀ, ਚੌਕੀ ਟਾਈਪ ਬਣਾਈ ਜਾਂਦੀ ਸੀ, ਉੱਥੇ ਇਕੱਠਾ ਕੀਤਾ ਜਾਂਦਾ ਸੀ, ਇਹ ਵੀ ਉਹਨਾਂ ਵਿੱਚੋਂ। ਔਰ ਜਿਸ ਤਰ੍ਹਾਂ ਕਿ ਬਾਬਾ ਜੀ ਦੱਸਿਆ ਕਿ ਇਹ ਇੱਟ ਜਿਹੜੀ ਆ ਉਹ ਮੁਗਲਈ ਲੱਗੀ ਹੈ, ਕਿਉਂਕਿ ਜਿਸ ਵੇਲੇ ਨਾਨਕ ਸ਼ਾਹੀ ਦਾ ਇੱਟ ਦਾ ਦੌਰ ਹੈ ਉਸ ਤੋਂ ਪਹਿਲਾਂ ਇਸ ਇਲਾਕੇ ਵਿੱਚ ਛੋਟੀ ਇੱਟ ਬਣ ਰਹੀ ਸੀ, ਮੁਗਲਈ ਇੱਟ ਬਣ ਰਹੀ ਸੀ, ਲਿਹਾਜ਼ਾ ਉਹ ਮੌਜੂਦ ਸੀ, ਅਵੇਲੇਬਲ ਸੀ,
ਉਸ ਨੂੰ ਇੱਥੇ ਇਸਤੇਮਾਲ ਕੀਤਾ ਗਿਆ ਔਰ ਬਾਕੀ ਗੱਚ ਚੂਨਾ ਦਾ ਕੰਮ ਜੀ ਸਾਡੇ ਨਾਲ ਮੈਂ ਕਹਾਂਗਾ ਕਿ ਐਜ਼ ਏ ਹਿਸਟੋਰੀਅਨ ਇਜਾਜ਼ ਸਾਹਿਬ ਦਾ ਵੀ ਅੱਛਾ ਐਕਸਪੀਰੀਅੰਸ ਹੈ ਤੁਸੀਂ ਕੀ ਕਹੋਗੇ ਇਜਾਜ਼ ਸਾਹਿਬ ਮੇਰੀ ਇਹ ਖੋਜ ਸੀ ਫਸਟ ਟਾਈਮ ਮੈਂ ਇਹਦੇ ਮਤਲਬ ਲੱਗਿਆ ਗੱਲ ਕਹੀ ਸੀ ਕਿ ਵੀ ਆ ਉਹ ਫੋਰਟ ਔਰ ਉਹਦੇ ਔਰ ਫਿਰ ਜਿਹਨਾਂ ਦਾ ਘਰ ਹੈ ਉਹਨਾਂ ਨੇ ਤਸਲੀਮ ਵੀ ਕੀਤਾ ਔਰ ਉਹਨਾਂ ਨੇ ਦੱਸਿਆ ਕਿ ਵੀ ਇਹ ਚੀਜ਼ ਵਾਕਈ ਇਸ ਤਰ੍ਹਾਂ ਹੀ ਹੈ ਅਤੇ ਜੀ ਤੁਹਾਡੀ ਬਹੁਤ ਬੜੀ ਮਿਹਨਤ ਹੈ ਅਤੇ ਤੁਸੀਂ ਸਾਰਾ ਕ੍ਰੈਡਿਟ ਜੁਲਦਾ ਜਿਹੜਾ ਇਸ ਜਗ੍ਹਾ ਉੱਤੇ ਇਤਨੀ ਮਿਹਨਤ ਕੀਤੀ ਹੈ ਇਤਨੀ ਜਗ੍ਹਾ ਤੁਸੀਂ ਖੋਜੀਆਂ ਅਤੇ ਫਿਰ ਬਾਕੀ ਲੋਕਾਂ ਆਣ ਕੇ ਅਤੇ ਤੁਸੀਂ ਜਿਹੜਾ ਇਲਮ ਤਾਂ ਹਮੇਸ਼ਾ ਵੰਡਣ ਵਾਸਤੇ ਹੁੰਦਾ ਲੇਕਿਨ ਕੋਈ ਇਹ ਬੰਦਾ ਕਹਿ ਦੇਵੇ ਕਿ ਯਾਰ ਮੈਂ ਹੀ ਸਾਰਾ ਕੁਛ ਹਾਂ ਅਤੇ ਉਹ ਮੁਸ਼ਕਿਲ ਹੈ ਮੈਂ ਕਹਾਂਗਾ ਕਿ ਸਾਰੇ ਭਰਾਵਾਂ ਦਾ ਸਾਰੇ ਦੋਸਤਾਂ ਦਾ ਸਾਰੀ ਟੀਮ ਦਾ ਤਾਬਨ ਹੁੰਦਾ ਹਮੇਸ਼ਾ ਮੇਰੇ ਨਾਲ ਅਤੇ ਫਿਰ ਹੀ ਅਸੀਂ ਇਹ ਸਾਰਾ ਕੁਛ ਕਰ ਪਾਉਂਦੇ ਹਾਂ ਤੁਸੀਂ ਅੱਗੇ ਦੇਖੋ ਇੱਕ ਇੱਕ ਡਿਓੜੀ ਬਣੀ ਹੋਈ ਹੈ ਉਸਦੇ ਨਾਲ ਅੱਗੇ ਹੀ ਤੁਹਾਨੂੰ ਦੁਕਾਨਾਂ ਜਿਹੜੀਆਂ ਮੈਂ ਤੁਹਾਨੂੰ ਦੋ ਦਿਖਾਉਣਾ ਚਾਹਾਂਗਾ ਫਿਰ ਮੈਂ ਵੀਡੀਓ ਵਾਇੰਡ ਅਪ ਕਰਨਾ ਵਾਂ ਇਹ ਦੇਖੋ ਤੁਸੀਂ ਕਿ ਆਓ ਜ਼ਰਾ ਜੀ ਅੱਗੇ ਸਾਰੇ ਰਿਸਰਚਰ ਇਹ ਤੁਸੀਂ ਦੇਖ ਲਓ ਜੀ ਇਹ ਦੀਵਾਰ ਜਿਹੜੀ ਹੈ ਉਹ ਕਿਲ੍ਹੇ ਦੀ ਆਖਰੀ ਔਰ ਕੱਛ ਚੂਨਾਗਰੀ ਦੇ ਨਾਲ ਉਹ ਰਿਸਰਚਰ ਜਿਹੜੇ ਨੇ ਉਹਨੂੰ ਅੱਛੇ ਤਰੀਕੇ ਨਾਲ ਚੈੱਕ ਵੀ ਕਰ ਰਹੇ ਨੇ ਇਹ ਹੈ ਜੀ ਉਹ ਜਿਸ ਤਰ੍ਹਾਂ ਗੇਟ ਹੁੰਦੇ ਸਨ ਇਹ ਮਾਰਕੀਟ ਨੂੰ ਜਿਹੜਾ ਅੱਗੇ ਜਾਓ ਤਾਂ ਅੱਗੇ ਮੰਡੀ ਹੁੰਦੀ ਸੀ ਮੰਡੀ ਦਾ ਗੇਟ ਵੀ ਸੀ ਇੱਥੇ ਲੱਗਾ ਹੋਇਆ ਇਹ ਉਹ ਜਗ੍ਹਾ ਸੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਮੈਂ ਅੱਗੇ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਸਨ ਠੀਕ ਹੈ ਜੀ ਬਾਹਰ ਇੱਕ ਬੜਾ ਵੱਡਾ ਮੰਦਿਰ ਹੈ ਇਹ ਸੀ ਜੀ ਉਹ ਮਾਰਕੀਟ ਔਰ ਦੁਕਾਨਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ ਪਾਕਿਸਤਾਨ ਹੈਰੀਟੇਜ ਕਲੱਬ ਦੀ 8ਵੀਂ ਫੋਟੋ ਵਾਕ ਦੇ ਵਿੱਚ ਕਿ ਇਹ ਤੁਸੀਂ ਦੇਖੋ ਅੱਜ ਵੀ ਉਹ ਸਟਾਈਲ ਜਿਹੜਾ ਅੱਜ ਵੀ ਬਾਕੀ ਹੈ ਦੁਕਾਨਾਂ ਦਾ ਇਹ ਪ੍ਰੀ ਪਾਰਟੀਸ਼ਨ ਦੁਕਾਨਾਂ ਨੇ ਇਹ ਵੀ ਪ੍ਰੀ ਪਾਰਟੀਸ਼ਨ ਦੁਕਾਨਾਂ ਨੇ ਇਹ ਉਹ ਆਰਕੀਟੈਕਚਰ ਨੇ ਜਿਹੜੇ ਕਦੀ ਭੁਲਾਏ ਨਹੀਂ ਜਾ ਸਕਦੇ ਲੇਕਿਨ ਆਸਤਾ ਆਸਤਾ ਇਹ ਚੀਜ਼ਾਂ ਜਿਹੜੀਆਂ ਨੇ ਆਪਣੀ ਅਹਿਮੀਅਤ ਜਿਹੜੀਆਂ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਇਹਨਾਂ ਦੀ ਲੇਕਿਨ ਸੇਮ ਟਾਈਮ ਕਹਾਂਗੇ ਕਿ ਇਹਨਾਂ ਦੀ ਮੁੱਦਤ ਹੁਣ ਪੂਰੀ ਹੁੰਦੀ ਜਾ ਰਹੀ ਹੈ ਇਹ ਆਪਣਾ ਵਕਾਰ ਲੋਕ ਦੇਖੋ ਕੋਸ਼ਿਸ਼ ਤਾਂ ਕਰ ਰਹੇ ਨੇ ਇਹ ਦੇਖੋ ਸੀਮੈਂਟ ਲਾ ਕੇ ਇਹਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਮੁਰੰਮਤ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਤੋਂ ਰੈਨੋਵੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਲੇਕਿਨ ਇੱਕ ਵਕਤ ਹੁੰਦਾ ਹਰ ਚੀਜ਼ ਦਾ ਉਸ ਤੋਂ ਬਾਅਦ ਉਹਦਾ ਅਰੂਜ ਖਤਮ ਹੋ ਜਾਂਦਾ ਔਰ ਉਹਦਾ ਜ਼ਵਾਲ ਸ਼ੁਰੂ ਹੋ ਜਾਂਦਾ ਹੈ ਇਹ ਪੌਣ ਦਾ ਬਾਜ਼ਾਰ ਹੈ ਜੀ ਦਿੱਲੀ ਦਾ ਔਰ ਇੱਥੇ ਦਾ ਰੇਟ ਜਿਹੜਾ ਸੀ ਕਦੇ ਇੱਕ ਹੁੰਦਾ ਸੀ ਸੌਦੇ ਦੇ ਰੇਟ ਬਕਾਇਦਾ ਚੈੱਕ ਕੀਤੇ ਜਾਂਦੇ ਸੀ ਅੱਗੇ ਤਹਿਸੀਲਦਾਰ ਸਾਹਿਬ ਦਾ ਦਫ਼ਤਰ ਵੀ ਸੀ ਜਿੱਥੇ ਕਿ ਬੈਠ ਕੇ ਸਾਰੇ ਫੈਸਲੇ ਕੀਤੇ ਜਾਂਦੇ ਸਨ ਆਹ ਤੁਸੀਂ ਦੇਖ ਲਓ ਬਿਲਕੁਲ ਜੀ ਜਿਹੜਾ ਜਿਹੜਾ ਵੀ ਇੱਥੋਂ ਉਜੜ ਕੇ ਗਿਆ ਉਹ ਇਹਨਾਂ ਚੀਜ਼ਾਂ ਨੂੰ ਦੇਖਦਾ ਰਿਹਾ ਔਰ ਯਾਦ ਹੀ ਕਰਦਾ ਰਿਹਾ ਔਰ ਕੋਈ ਵੀ ਇਹਨਾਂ ਨੂੰ ਭੁਲਾ ਨਹੀਂ ਸਕਿਆ ਇਹਨਾਂ ਯਾਦਾਂ ਨੂੰ ਜਾ ਕੇ ਮੈਂ ਹੀ ਕਹਾਂਗਾ ਕਿ ਅਸੀਂ ਲੋਕ ਜਿੰਨਾ ਵੀ ਰਿਸਰਚ ਕਰਦੇ ਹਾਂ ਇਹਦਾ ਕ੍ਰੈਡਿਟ ਜਾਂਦਾ ਹੈ ਤੁਹਾਡੀ ਲਾਈਕਿੰਗ 'ਤੇ ਤੁਹਾਡੀ ਸ਼ੇਅਰਿੰਗ ਦੇ ਉੱਤੇ ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋਗੇ ਤਾਂ ਫਿਰ ਹੀ ਅਸੀਂ ਲੋਕ ਜਿਹੜੇ ਆ ਫੁੱਲ ਬੂਟੇ ਫੁਲਕਾਰੀਆਂ ਤੁਸੀਂ ਦੇਖੋ ਉੱਤੇ ਉਹ ਬਣੀਆਂ ਹੋਈਆਂ ਨੇ ਇਹਨਾਂ 'ਤੇ ਨਾ ਬੜੇ ਖੂਬਸੂਰਤ ਨਜ਼ਾਰੇ ਨੇ ਜੀ ਪ੍ਰੀ ਪਾਰਟੀਸ਼ਨ ਦੇ ਬੜਾ ਅੱਛਾ ਲੱਗਦਾ ਹੈ ਮਿਰਜ਼ਾ ਸਾਹਿਬ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਅਤੇ ਗੁਜ਼ਰਿਆ ਵਕਤ ਯਾਦ ਆਉਂਦਾ ਔਰ ਉਹ ਜਿਹੜੀਆਂ ਗੱਲਾਂ ਸਨ ਹਾਂਜੀ ਪਾਰਟੀਸ਼ਨ ਹੋ ਗਏ ਜੀ ਬਿਲਕੁਲ ਜੀ 70 ਸਾਲ ਹੋ ਗਏ ਨੇ ਪਾਰਟੀਸ਼ਨ ਨੂੰ ਲੇਕਿਨ ਮੈਂ ਕਹਾਂਗਾ ਕਿ ਯਾਦਾਂ ਜਾਣ ਵਾਲੇ ਲੋਕਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਜਗ੍ਹਾ ਜਗ੍ਹਾ ਛਫੀਆਂ ਹੋਈਆਂ ਨੇ ਅੱਜ ਵੀ ਇਹ ਸੀ ਪੌੜੀਆਂ ਜੀ ਉੱਤੇ ਜਾਣ ਨੂੰ ਇਹ ਸੰਗਲ ਲਾ ਕੇ ਤਾਂ ਬੰਦ ਕੀਤਾ ਹੋਇਆ ਇਹ ਸੀੜੀਆਂ ਜਾਂਦੀਆਂ ਨੇ ਉੱਤੇ ਤਾਰੀਖੀ ਬਾਜ਼ਾਰ ਬਹੁਨ ਚਕਵਾਲ ਨੌਰਥ ਵੈਸਟ ਦਾ ਇਲਾਕਾ ਦੇਖੋ ਕਿੱਡੀ ਖੂਬਸੂਰਤ ਖਿੜਕੀ ਕਿੰਨਾ ਸੋਹਣਾ ਗਲੀ ਹੈ ਕਿੰਨਾ ਸੋਹਣਾ ਦਰੀਚਾ ਹੈ ਕਈਆਂ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਣਗੀਆਂ ਪੁਰਖ ਜਿਹੜੇ ਨੇ ਇੱਥੋਂ ਲੰਘਦੇ ਹੋਣਗੇ ਆਉਂਦੇ ਹੋਣਗੇ ਜਾਂਦੇ ਹੋਣਗੇ ਤੁਸੀਂ ਦੇਖ ਰਹੇ ਹੋ 8th ਫੋਟੋ ਵਾਕ ਆਫ ਪਾਕਿਸਤਾਨ ਹੈਰੀਟੇਜ ਕਲੱਬ ਤੁਸੀਂ ਵੀ ਸਾਨੂੰ ਫੋਟੋ ਵਾਕ ਵਾਸਤੇ ਸਪੋਰਟ ਕਰ ਸਕਦੇ ਹੋ
ਔਰ ਫੋਟੋ ਵਾਕ ਕਰਵਾਉਣ ਲਈ ਆਪਣੇ ਪੁਰਖਾਂ ਦੇ ਇਲਾਕੇ ਦੇ ਧਰਤੀ ਦੇ ਬਾਰੇ 'ਚ ਦੱਸ ਸਕਦੇ ਹੋ। ਅਸੀਂ ਇਹ ਫੋਟੋ ਵਾਕ, ਅੱਜ ਦੀ ਫੋਟੋ ਵਾਕ ਜਿਹੜੀ ਹੈ ਉਹ ਅਸੀਂ ਨਾਮ ਕਰਦੇ ਹਾਂ ਡਾਕਟਰ ਦਲਵੀਰ ਸਿੰਘ ਪੰਨੂ ਜੀ ਦੇ ਨਾਮ 'ਤੇ, ਪੰਨੂ ਡੈਂਟਲ ਗਰੁੱਪ USA। ਲਾਸਟ ਵਾਲ ਆਫ ਖਾਲਸਾ ਰਾਜ ਇਨ ਨੌਰਥ ਵੈਸਟ ਪੰਜਾਬ, ਬਹੁਨ। ਰੱਬ ਰੱਖਾ ਜੀ, ਫਿਰ ਦਿਖਾਉਣਾ ਕਿਤੇ, ਜਲਦੀ ਤੁਹਾਨੂੰ ਦਿਖਾਉਣਾ ਬਾਬਾ ਗੁਰੂ ਨਾਨਕ ਸਾਹਿਬ ਦਾ ਮੰਦਰ।